ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ। ਕੀ ਹਾਲ ਚਾਲ ਜੀ ਸਾਰਿਆਂ ਦਾ? ਆਸ ਕਰਦੇ ਹਾਂ ਕਿ ਸਾਰੇ ਵੀਰ ਆਪਣੇ ਜਿੰਨੇ ਵੀ ਹੈਗੇ ਆ ਵਧੀਆ ਹੀ ਹੋਣਗੇ। ਲਓ ਵੀਰ ਜੀ, ਸਾਰਿਆਂ ਵੀਰਾਂ ਵਾਸਤੇ ਬੜੀ ਵਧੀਆ ਇੱਕ ਖੁਸ਼ਖਬਰੀ ਆ ਕਿ ਜਿਵੇਂ ਕਿ ਆਪਾਂ ਕਹਿ ਲਈਏ ਕਿ ਜਿਹਨੂੰ ਕਿ ਹਰ ਕੋਈ ਵੀਰ ਆਪਣਾ ਸੋਚਦਾ ਵਾ ਇਸ ਚੀਜ਼ ਨੂੰ, ਉਹ ਹੈਗੀ ਆ ਵੀਰ ਜੀ ਇੱਥੇ ਓਪਨ ਇਮੀਗ੍ਰੇਸ਼ਨ। ਬੜੇ ਵੀਰਾਂ ਨੇ ਸਵਾਲ ਪੁੱਛਦੇ ਹੁੰਦੇ ਸੀ ਕਿ ਹਾਂਜੀ ਜੀ ਵੀਰ ਜੀ ਇੱਥੇ ਓਪਨ ਇਮੀਗ੍ਰੇਸ਼ਨ ਮਤਲਬ ਕਿ ਕਦੋਂ ਹੋਣੀ ਆ, ਠੀਕ ਹੈ ਜੀ, ਕਿ ਜਿਵੇਂ ਕਿ ਆਪਾਂ ਇੱਥੇ ਪੱਕੇ ਹੋ ਸਕਦੇ ਹਾਂ। ਅਤੇ ਉਹ ਵੀਰ ਜੀ ਤੁਹਾਨੂੰ ਖੁਸ਼ਖਬਰੀ ਸੁਣਾਉਣ ਜਾ ਰਹੇ ਹਾਂ ਆਪਾਂ, ਠੀਕ ਹੈ। ਅਤੇ ਖੁਸ਼ਖਬਰੀ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਹਮੇਸ਼ਾ ਤਰ੍ਹਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰ ਜ਼ਰੂਰ ਕਰੋ ਅਤੇ ਨਾਲ ਹੀ ਬੈੱਲ ਆਈਕੋਨ 'ਤੇ ਵੀ ਕਲਿੱਕ ਜ਼ਰੂਰ ਕਰੋ ਤਾਂ ਜੋ ਕੋਈ ਵੀ ਨਵੀਂ ਇਨਫੋਰਮੇਸ਼ਨ ਜਾਂ ਕੋਈ ਵੀ ਨਵੀਂ ਗੱਲਬਾਤ ਹੋਵੇ ਇਟਲੀ ਵਿੱਚ ਜਾਂ ਕਿਤੇ ਹੋਰ, ਉਸਦੇ ਬਾਰੇ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਮਿਲ ਜੇ ਅਤੇ ਤੁਸੀਂ ਸਾਡੀ ਵੀਡੀਓ ਸਭ ਤੋਂ ਪਹਿਲਾਂ ਵੇਖ ਸਕੋ ਅਤੇ ਉਸ ਵੀਡੀਓ ਤੋਂ ਕੋਈ ਨਾ ਕੋਈ ਵਧੀਆ ਫਾਇਦਾ ਉਠਾ ਸਕੋ। ਲਓ ਵੀਰ ਜੀ ਵੀਡੀਓ ਸ਼ੁਰੂ ਕਰਦੇ ਹਾਂ ਆਪਾਂ। ਉਹ ਵੀਰ ਜੀ ਇਹ ਹੈਗਾ ਵਾ ਕਿ ਜਿਵੇਂ ਕਿ ਸਾਰਿਆਂ ਵੀਰਾਂ ਦੇ ਕਮੈਂਟ ਆਉਂਦੇ ਹੁੰਦੇ ਸੀ ਕਿ ਓਪਨ ਇਮੀਗ੍ਰੇਸ਼ਨ, ਓਪਨ ਇਮੀਗ੍ਰੇਸ਼ਨ 2020 ਵਿੱਚ ਖੁੱਲੂਗੀ ਕਿ ਨਹੀਂ ਖੁੱਲੂਗੀ, ਕਦੋਂ ਖੁੱਲੂਗੀ, ਕਿ ਜਿਹੜੇ ਵੀਰ ਇਟਲੀ ਦੇ ਵਿੱਚ ਕੱਚੇ ਰਹਿ ਰਹੇ ਆ ਜਾਂ ਯੂਰਪ ਦੇ ਕਿਸੇ ਹੋਰ ਕੰਟਰੀ ਦੇ ਵਿੱਚ ਕੱਚੇ ਰਹਿ ਰਹੇ ਆ, ਹਰ ਇੱਕ ਨੂੰ ਹੁੰਦਾ ਵਾ ਕਿ ਓਪਨ ਇਮੀਗ੍ਰੇਸ਼ਨ ਹੋਵੇ। ਅਤੇ ਬਟ ਜਿੱਥੋਂ ਤੱਕ ਮੈਂ ਵੇਖਿਆ ਵਾ ਕਿ ਜਿਹੜੀ ਓਪਨ ਇਮੀਗ੍ਰੇਸ਼ਨ ਆ, ਠੀਕ ਹੈ ਜੀ, ਉਹ ਇਹ ਵਾ ਕਿ ਜ਼ਿਆਦਾ ਤੋਂ ਜ਼ਿਆਦਾਤਰ ਜਿਹੜੀ ਆ ਉਹ ਇਟਲੀ ਦੇ ਵਿੱਚ ਹੀ ਖੁੱਲ੍ਹਦੀ ਆ, ਠੀਕ ਹੈ ਜੀ, ਉਹ ਖੁੱਲ੍ਹਦੀ ਆ ਕਿ ਜਿਵੇਂ ਕਿ ਕਈ ਲੋਕ ਆਪਣੇ ਵਿਚਾਰੇ ਕੱਚੇ ਹੁੰਦੇ ਆ ਇਟਲੀ ਦੇ ਵਿੱਚ ਜਾਂ ਕਿਸੇ ਯੂਰਪ ਦੀ ਹੋਰ ਕੰਟਰੀ ਦੇ ਵਿੱਚ ਅਤੇ ਉਹ ਫਿਰ ਆਣ ਕੇ ਇੱਥੇ ਪੱਕੇ ਹੁੰਦੇ ਆ, ਹੈ ਨਾ। ਜਿਵੇਂ ਕਿ ਇਹ ਜਿਹੜੀ ਇਮੀਗ੍ਰੇਸ਼ਨ ਆ ਬੜੀ ਵਾਰ ਖੁੱਲ੍ਹੀ ਪਹਿਲਾਂ ਵੀ, ਅਤੇ ਹੁਣ ਇਹਦੀ ਜਿਹੜੀ ਹੁਣ ਨਵੀਂ ਗੱਲ ਚੱਲ ਰਹੀ ਹੈ ਇਟਲੀ ਦੇ ਵਿੱਚ, ਨਵੇਂ ਜਿਹੜੀ ਗੌਰਮੈਂਟ ਆ ਉਹਨਾਂ ਨੇ ਨਵੀਂ ਗੱਲ ਚਲਾਈ ਆ ਹੁਣ ਇਹਦੇ ਬਾਰੇ ਕਿ ਜਿਹੜੀ ਇਹ ਇਮੀਗ੍ਰੇਸ਼ਨ ਆ ਇਹਨੂੰ ਖੋਲ੍ਹਿਆ ਜਾਵੇ, ਠੀਕ ਹੈ ਜੀ। ਅਤੇ ਹੁਣ ਉਹਦੇ ਬਾਰੇ ਪੂਰੀ ਜ਼ੋਰਾਂ ਸ਼ੋਰਾਂ ਦੇ ਵਿੱਚ ਗੱਲਬਾਤ ਵੀਰ ਚੱਲ ਰਹੀ ਜੇ, ਠੀਕ ਆ, ਕਿ ਜਿਹੜੇ ਵੀ ਮੇਰੇ ਵੀਰ ਕੱਚੇ ਇਟਲੀ ਦੇ ਵਿੱਚ ਰਹਿ ਰਹੇ ਆ ਜਾਂ ਕਿਸੇ ਹੋਰ ਯੂਰਪ ਦੇ ਵਿੱਚ ਰਹਿ ਰਹੇ ਆ ਕਿਤੇ ਵੀ, ਠੀਕ ਹੈ ਜੀ, ਉਹਨਾਂ ਨੇ ਵੀ ਜਿਸ ਤਰ੍ਹਾਂ ਆਪਣੇ ਪੱਕੇ ਹੋਣ ਵਾਸਤੇ ਜੇ ਕੁਛ ਕਰਨਾ ਵਾ ਆਪਣੇ ਹੱਥ ਪੈਰ ਮਾਰਨੇ ਆ ਅਤੇ ਉਹ ਮੇਰੇ ਵੀਰ ਆਪਣੇ ਹੱਥ ਪੈਰ ਮਾਰਨੇ ਹੁਣ ਤੋਂ ਹੀ ਸ਼ੁਰੂ ਕਰ ਦਿਉ, ਠੀਕ ਆ, ਕਿਉਂਕਿ ਜਿਹੜੀ ਇਹ ਗੱਲਬਾਤ ਚੱਲ ਰਹੀ ਆ ਇਮੀਗ੍ਰੇਸ਼ਨ ਦੀ, ਠੀਕ ਹੈ ਜੀ, ਇਹ ਇੱਕ ਛੋਟੀ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਇਹ ਆਮ ਹੀ ਆ, ਠੀਕ ਆ। ਜਦੋਂ ਵੀ ਇਮੀਗ੍ਰੇਸ਼ਨ ਇੱਥੇ ਓਪਨ ਇਮੀਗ੍ਰੇਸ਼ਨ ਜਦੋਂ ਖੁੱਲ੍ਹਣੀ ਹੁੰਦੀ ਆ ਨਾ, ਉਹਦੇ ਵਿੱਚ ਕੀ ਹੁੰਦਾ ਵਾ ਕਿ ਜਦੋਂ ਇਹ ਗੱਲ ਇੱਕ ਵਾਰੀ ਲੀਕ ਹੋ ਜਾਂਦੀ ਆ ਜਾਂ ਲੀਕ ਹੋ ਜਾਂਦੀ ਹੈ ਜਾਂ ਕਹਿ ਦਿਉ ਕਿ ਉਹਨਾਂ ਨੇ ਕੋਈ ਆਰਟੀਕਲ ਆਪਣਾ ਦੇ ਦਿੰਦੇ ਆ ਕਿ ਹਾਂ ਵੀ ਇਹਦੇ ਬਾਰੇ, ਉਹਦਾ ਮਤਲਬ ਇਹ ਵਾ ਕਿ ਜਿਹੜੀ ਇਹ ਇਮੀਗ੍ਰੇਸ਼ਨ ਆ ਇਹ ਓਪਨ ਹੋਣ ਦੇ 101 ਤਾਂ ਨਹੀਂ ਮੈਂ ਕਹੂੰਗਾ 99% ਜਿਹੜੇ ਆ ਨਾ ਚਾਂਸ ਹੁੰਦੇ ਆ, ਠੀਕ ਹੈ ਜੀ। ਜਿਵੇਂ ਕਿ 9 ਮੰਥ ਵਾਲੇ ਪੇਪਰਾਂ ਦਾ ਜਦੋਂ ਖੁੱਲ੍ਹਣੇ ਹੁੰਦੇ ਆ ਤਾਂ ਉਸ ਤੋਂ ਪਹਿਲਾਂ ਰੌਲਾ ਪੈ ਜਾਂਦਾ ਨਾ, ਹਾਂਜੀ ਵੀ 9 ਮੰਥ ਵਾਲੇ ਪੇਪਰ ਖੁੱਲ੍ਹਣ ਲੱਗੇ ਆ ਜੀ, 9 ਮੰਥ ਵਾਲੇ ਪੇਪਰ ਖੁੱਲ੍ਹਣ ਲੱਗੇ ਆ, ਅਤੇ ਉਹ ਕੀ ਹੁੰਦਾ ਵਾ ਕਿ ਉਹ ਉਸੇ ਵੇਲੇ ਹੀ ਬਾਅਦ ਵਿੱਚ ਨਾ ਖੁੱਲ੍ਹ ਜਾਂਦੇ ਆ। ਅਤੇ ਇਸੇ ਤਰੀਕੇ ਦੇ ਨਾਲ ਆਪਣੇ ਯੂਟਿਊਬਰ ਜਿੰਨੇ ਵੀ ਆਪਣੇ ਵੀਰ ਹੈਗੇ ਆ, ਚਲੋ ਵਧੀਆ ਗੱਲ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਦੱਸ ਦਿੰਦੇ ਆ, ਹੈ ਨਾ, ਜਿਸ ਤਰ੍ਹਾਂ ਹਰ ਇੱਕ ਨੂੰ ਨਹੀਂ ਪਹਿਲਾਂ ਪਤਾ ਲੱਗਦਾ। ਅਤੇ ਇਸੇ ਤਰੀਕੇ ਨਾਲ ਵੀਰ ਜੀ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਵਾਂ ਇਸ ਇਮੀਗ੍ਰੇਸ਼ਨ ਬਾਰੇ, ਜਿੰਨਾ ਕੁ ਮੈਨੂੰ ਪਤਾ ਲੱਗਾ, ਜਿੰਨੀ ਕੁ ਮੈਂ ਸਟੱਡੀ ਕਰਕੇ ਵੇਖੀ ਆ, ਠੀਕ ਆ, ਉਹਦੇ ਬਾਰੇ ਮੈਂ ਤੁਹਾਨੂੰ ਦੱਸੂੰਗਾ। ਅਤੇ ਉਹ ਵੀਰ ਜੀ ਇਹ ਵਾ ਕਿ ਜਿਵੇਂ ਕਿ ਇਹਨਾਂ ਨੇ ਆਪਣਾ ਜਿਹੜਾ ਪ੍ਰਸਤਾਵ ਆ ਉਹ ਰੱਖਤਾ ਵਾ ਕਿ ਇਟਲੀ ਦੇ ਵਿੱਚ ਇਟਲੀ ਦਾ ਜਿਹੜੀ ਇਟਲੀ ਨੂੰ ਥੋੜ੍ਹਾ ਜਿਹਾ ਤਾਂ ਚੁੱਕਣ ਵਾਸਤੇ ਅਤੇ ਜਿਹੜੀ ਇਹ ਇਮੀਗ੍ਰੇਸ਼ਨ ਖੋਲ੍ਹਣੀ ਬਹੁਤ ਜ਼ਰੂਰੀ ਆ, ਠੀਕ ਆ। ਜਿਵੇਂ ਤੁਹਾਨੂੰ ਪਤਾ ਹੀ ਆ ਕਿ ਗੌਰਮੈਂਟ ਜਿਹੜੀ ਹੈ ਨਾ ਉਹਨਾਂ ਨੇ ਕੀ ਵੇਖਣਾ ਹੁੰਦਾ ਵਾ, ਆਪਣਾ ਫਾਇਦਾ ਵੇਖਣਾ ਹੁੰਦਾ ਉਹਨਾਂ ਨੇ, ਠੀਕ ਹੈ ਜੀ। ਅਤੇ ਇਸੇ ਤਰੀਕੇ ਦੇ ਨਾਲ ਕਿ ਜਦੋਂ ਵੀ ਗੌਰਮੈਂਟ ਨੂੰ ਕਿਸੇ ਹੋਰ ਪਾਸਿਓਂ ਪੈਸੇ ਨਾ ਆਉਂਦੇ ਹੋਣ, ਠੀਕ ਆ, ਅਤੇ ਉਹਨਾਂ ਦੇ ਕੋਲੋਂ ਇੱਕ ਹੀ ਜ਼ਰੀਆ ਹੁੰਦਾ ਵਾ ਓਪਨ ਇਮੀਗ੍ਰੇਸ਼ਨ ਦਾ, ਇਟਲੀ ਦੀ ਗੱਲ ਕਰਦਾ ਮੈਂ, ਕਿਉਂਕਿ ਇਸ ਇਮੀਗ੍ਰੇਸ਼ਨ ਨੂੰ ਖੋਲ੍ਹਣ ਦੇ ਨਾਲ ਉਹਨਾਂ ਨੂੰ ਇੰਨੇ ਜ਼ਿਆਦਾ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੇ ਆ ਪੈਸੇ ਆ ਇਹਨਾਂ ਨੂੰ ਮਿਲਦੇ ਆ, ਇਹਨਾਂ ਕੋਲ ਇਕੱਠੇ ਹੋ ਜਾਂਦੇ ਜਾਂ, ਠੀਕ ਆ। ਅਤੇ ਜਿਸ ਕਰਕੇ ਹੁਣ ਇਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕਰਤੀ ਆ
ਤੇ ਇਹਨਾਂ ਨੇ ਆਪਣਾ ਪਸਤਾਵ ਜਿਹੜਾ ਵਾ ਉਹ ਰੱਖਤਾ ਵਾ। ਅਤੇ ਪਸਤਾਵ ਰੱਖਣ ਦਾ ਮਤਲਬ ਕਿ ਨੀਂਹ ਪੱਥਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨੀਂਹ ਪੱਥਰ ਜਿਹੜੀ ਆ ਉਹ ਇਹਨਾਂ ਨੇ ਰੱਖਤੀ ਆ। ਅਤੇ ਬਸ ਹੁਣ ਤੁਹਾਨੂੰ ਪਤਾ ਕਿ ਜਦੋਂ ਨੀਂਹ ਪੱਥਰ ਕਿਸੇ ਚੀਜ਼ ਦਾ ਰੱਖਿਆ ਜਾਂਦਾ ਵਾ ਅਤੇ ਉਸ ਤੋਂ ਬਾਅਦ ਉਹਦੇ ਉੱਪਰ ਘਰ ਬਣਨਾ ਜਾਂ ਕੋਈ ਕਿਹੜੀ ਚੀਜ਼ ਵਾਸਤੇ ਨੀਂਹ ਪੱਥਰ ਰੱਖਿਆ ਉਹ ਬਣਨਾ, ਉਹਨੂੰ ਟਾਈਮ ਨਹੀਂ ਲੱਗਦਾ। ਠੀਕ ਆ। ਹੁਣ ਮੇਨ ਗੱਲ ਤੁਹਾਨੂੰ ਮੈਂ ਥੋੜ੍ਹੀ ਜਿਹੀ ਹੋਰ ਦੱਸਦਾ, ਇਹ ਜਿਹੜੀ ਇਮੀਗ੍ਰੇਸ਼ਨ ਹੈ ਕਈਆਂ ਵੀਰਾਂ ਨੂੰ ਨਹੀਂ ਪਤਾ ਹੁੰਦਾ ਹੈ ਨਾ ਕਿ ਇਹ ਇਮੀਗ੍ਰੇਸ਼ਨ ਦੇ ਰੂਲ ਕੀ ਹੁੰਦੇ ਆ। ਜੋ ਪਹਿਲਾਂ ਵਾ ਹੁਣ ਇਸ ਵਕਤ ਜਿਹੜੀ ਖੁੱਲ੍ਹਣੀ ਆ ਉਹਦੇ ਬਾਰੇ ਕੁਛ ਨਹੀਂ ਪਤਾ ਹਾਲੇ, ਕੋਈ ਰੂਲ ਨਹੀਂ ਹੈਗੇ ਉਹਨਾਂ ਦੇ। ਠੀਕ ਹੈ ਜੀ। ਅਤੇ ਜਿਹੜੀ ਪਹਿਲਾਂ ਇਮੀਗ੍ਰੇਸ਼ਨ ਰੂਲ ਹੁੰਦੇ ਸੀ ਉਦੋਂ ਤਾਂ ਉਹਨਾਂ ਕੋਲ ਇਹ ਹੁੰਦਾ ਕਿ ਹਾਂ ਵੀ ਕੱਚਿਆਂ ਬੰਦੇ ਜਿਹੜੇ ਵੀ ਜਿੰਨੇ ਵੀ ਇਟਲੀ ਦੇ ਵਿੱਚ ਰਹਿ ਰਹੇ ਆ ਅਤੇ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਆਪਣਾ ਮਾਲਕ ਹੋਣਾ ਚਾਹੀਦਾ ਕਿ ਜਿਹੜਾ ਮਾਲਕ ਆਪਣੀ ਰਿਸਪੋਂਸੀਬਿਲਟੀ ਲਵੇ ਕਿ ਹਾਂ ਵੀ ਇਸ ਬੰਦੇ ਨੂੰ ਮੈਂ ਪੱਕਾ ਕਰਨਾ ਚਾਹੁੰਦਾ ਵਾਂ ਅਤੇ ਕੋਈ ਚੱਕਰ ਨਹੀਂ ਗਾ ਇਹਨੂੰ, ਮਤਲਬ ਕਿ ਇਮੀਗ੍ਰੇਸ਼ਨ ਜਿਹੜੀ ਓਪਨ ਦੇ ਵਿੱਚ ਇਹਨੂੰ ਭਾਗ ਲੈਣ ਦਿੱਤਾ ਜਾਵੇ, ਜਿਵੇਂ ਕਿ ਜੋ ਵੀ ਇਮੀਗ੍ਰੇਸ਼ਨ ਓਪਨ ਹੋਊਗੀ ਕਿਸੇ ਵੀ ਤਰੀਕੇ ਦੀ। ਠੀਕ ਆ। ਠੀਕ ਆ। ਜਾਂ ਫਿਰ ਪੋਸਟ ਆਫਿਸ ਵਿੱਚ ਜਮ੍ਹਾਂ ਕਰਾਉਣ ਵਾਲੀ ਓਪਨ ਹੋਊਗੀ ਕਿ ਹਾਂ ਵੀ ਤੁਸੀਂ ਪੋਸਟ ਆਫਿਸ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਣੇ ਆ। ਠੀਕ ਆ। ਜਿਸ ਤਰ੍ਹਾਂ ਆਪਾਂ ਆਪਣੇ ਨੋਰਮਲੀ ਆਪਣੀਆਂ ਕਿੱਟਾਂ ਜਮ੍ਹਾਂ ਕਰਾਉਂਦੇ ਹਾਂ, ਜਿਨ੍ਹਾਂ ਨੇ ਇਹ ਕਰਾਈਆਂ ਉਹਨਾਂ ਦੇ ਵੀਰਾਂ ਨੂੰ ਪਤਾ ਹੀ ਹੋਣਾ ਵਾ, ਹੈ ਨਾ। ਅਤੇ ਤੁਹਾਨੂੰ ਉਹਨਾਂ ਨੇ ਉਹ ਜਿਹੜਾ ਰਿਸ਼ੀ ਬੂਤਾ ਦੇ ਦੇਣਾ ਵਾ, ਮੰਨ ਲਓ ਕਿ ਸੀਗਾ, ਉਸ ਤੋਂ ਬਾਅਦ ਤੁਹਾਡੇ ਫਿੰਗਰ ਹੋਣੇ ਆ। ਫਿੰਗਰ ਹੋਣ ਤੋਂ ਬਾਅਦ ਫਿਰ ਤੁਹਾਨੂੰ ਉਹ ਇੱਕ ਸਾਲ ਦੀ ਸੰਜੋੜਨੋਂ ਦੇ ਦੇਣਗੇ ਜਾਂ 2 ਸਾਲ ਦੇ ਦੇਣਗੇ, ਉਸ ਤੋਂ ਬਾਅਦ ਤੁਹਾਡਾ ਜਿਹੜਾ ਵਾ ਕੰਮ ਕੰਟੀਨਿਊ ਸ਼ੁਰੂ ਹੋ ਜਾਣਾ। ਠੀਕ ਹੈ ਜੀ। ਫਿਲਹਾਲ ਜਿਹੜੀ ਇਹ ਇਮੀਗ੍ਰੇਸ਼ਨ ਆ ਇਹਦੇ ਬਾਰੇ ਗੱਲਬਾਤ ਜਿਹੜੀ ਆ ਉਹ ਪੂਰੇ ਜ਼ੋਰਾਂ ਦੇ ਵਿੱਚ ਸ਼ੁਰੂ ਹੋ ਗਈ ਆ। ਠੀਕ ਆ। ਜਿਵੇਂ ਕਿ ਇਹਨਾਂ ਨੂੰ ਇਹ ਜਿਹੜੀ ਇਮੀਗ੍ਰੇਸ਼ਨ ਓਪਨ ਕਰਨ ਤੋਂ ਪਹਿਲਾਂ ਯੂਰੋਪੀਅਨ ਯੂਨੀਅਨ ਨੂੰ ਪੁੱਛਣਾ ਪੈਂਦਾ ਵਾ। ਠੀਕ ਆ। ਜਿਵੇਂ ਕਿ ਯੂਰੋਪੀਅਨ ਯੂਨੀਅਨ ਜਿਹੜੀ ਹੈਗੀ ਆ ਉਹਨਾਂ ਵੱਲੋਂ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਇਸ ਚੀਜ਼ ਦੀ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਆ ਕਿ ਹਾਂ ਵੀ ਕੋਈ ਗੱਲ ਨਹੀਂ ਤੁਸੀਂ ਕਰ ਲਓ। ਹੁਣ ਕੀ ਹੈਗਾ ਇਹਦੇ ਵਿੱਚ, ਹੁਣ ਪੰਗਾ ਕੀ ਆ? ਪੰਗਾ ਇਹ ਵਾ ਕਿ ਜਿਸ ਤਰ੍ਹਾਂ ਸਪੋਜ਼ ਕਰੋ ਕਿ ਆਪਣੇ ਇੰਡੀਆ ਦੇ ਵਿੱਚ, ਠੀਕ ਹੈ, ਕਿ ਆਪਣੇ ਇੰਡੀਆ ਦੇ ਵਿੱਚ ਕਿੰਨੀਆਂ ਸਰਕਾਰਾਂ ਹੁੰਦੀਆਂ ਵਾ। ਠੀਕ ਆ। ਕਹੀਂ ਕੇਜਰੀਵਾਲ ਦੀ ਸਰਕਾਰ ਹੋ ਗਈ ਜੀ, ਦੂਜਾ ਬਾਦਲ ਦੀ ਹੋ ਗਈ ਜੀ। ਠੀਕ ਆ। ਮਤਲਬ ਕਿ ਵਾਧੂ ਬੰਦੇ ਤੁਰੇ ਫਿਰਦੇ ਆ ਕਿ ਜਿਹੜੇ ਕਹਿੰਦੇ ਕਿ ਲੈ ਵੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ ਵਾ, ਜੇ ਕੋਈ ਕੁਛ ਕਰਨ ਲੱਗਦਾ ਤਾਂ ਦੂਜੇ ਉਹਨੂੰ ਰੋਕਦੇ ਆ, ਹੈ ਨਾ। ਸੇਮ ਟੂ ਸੇਮ ਉਸੇ ਤਰੀਕੇ ਦੇ ਨਾਲ ਜਿਹੜੀ ਆ ਇੱਥੋਂ ਦੀ ਗੌਰਮੈਂਟ ਆ ਉਹ ਵੀ ਇਸ ਤਰ੍ਹਾਂ ਹੀ ਆ ਕਿ ਇੱਥੇ ਵੀ ਜਿਹੜੇ ਹਰ ਇੱਕ ਜਿਹੜਾ ਬੰਦਾ ਵਾ ਕਿ ਉਹਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੁੰਦੀ ਆ। ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਇੱਥੋਂ ਦੀ ਜਿਹੜੀ ਗੌਰਮੈਂਟ ਆ, ਠੀਕ ਆ, ਕਿ ਜਿਵੇਂ ਕਹਿ ਲਓ ਜੀ 5-star ਵਾਲੇ ਹੋ ਗਏ, PD ਵਾਲੇ ਹੋ ਗਏ, ਠੀਕ ਆ, ਜਿਵੇਂ ਕਿ ਦੂਜੇ ਹੋ ਗਏ ਆਪਣੇ ਦੂਜੇ ਸਲਵੀਨੀ ਸਾਹਿਬ ਹੋਣੀ ਹੋ ਗਏ, ਹੋਰ ਜਿੰਨੇ ਵੀ ਹੈਗੇ ਬੰਦੇ, ਠੀਕ ਆ, ਉਹਨਾਂ ਸਾਰਿਆਂ ਦੀ ਜਿਹੜੀ ਆ ਕਿ ਇੱਕ ਸਹਿਮਤੀ ਹੋਣੀ ਜ਼ਰੂਰੀ ਹੁੰਦੀ ਹੈ। ਅਤੇ ਜਦੋਂ ਇਹ ਸਾਰੇ ਸਾਰੇ ਉਹ ਸਹਿਮਤੀ ਦੇ ਉੱਪਰ ਸਹਿਣ ਕਰ ਦਿੰਦੇ ਆ ਨਾ, ਅਤੇ ਉਸ ਤੋਂ ਬਾਅਦ ਕੀ ਆ ਕਿ ਕੋਈ ਵੀ ਜਿਹੜੀ ਇਮੀਗ੍ਰੇਸ਼ਨ ਹੁੰਦੀ, ਜਿਹੜੀ ਓਪਨ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਆਪਾਂ, ਤਾਂ ਉਹਦੇ ਵਿੱਚ ਉਹ ਓਕੇ ਹੋ ਜਾਂਦੀ ਆ, ਉਹਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਠੀਕ ਆ। ਅਤੇ ਇਹਦਾ ਮੈਂ ਤੁਹਾਨੂੰ 99% ਇਸ ਕਰਕੇ ਕਿਹਾ ਵਾ ਕਿ ਓਪਨ ਹੋਣ ਦਾ, ਕਿਉਂਕਿ ਹੋ ਸਕਦਾ ਵਾ, ਮੇਰੇ ਹਿਸਾਬ ਨਾਲ ਵੈਸੇ ਹੋਣਾ ਨਹੀਂ ਗਾ ਇਸ ਤਰ੍ਹਾਂ। ਠੀਕ ਆ। ਪਰਮਾਤਮਾ ਕਰੇ ਕਿ ਇਸ ਤਰ੍ਹਾਂ ਨਾ ਹੀ ਹੋਵੇ ਕਿ ਜਿਹੜੀ ਆ ਇਹ ਇਮੀਗ੍ਰੇਸ਼ਨ ਹੈ ਖੋਲ੍ਹੀ ਜਾਵੇ, ਕਿਉਂਕਿ ਬੜੇ ਵੀਰ ਕੱਚੇ ਤੁਰੇ ਫਿਰਦੇ ਆਪਣੇ ਇੱਥੇ। ਠੀਕ ਆ। ਉਹਨਾਂ ਨੂੰ ਵਿਚਾਰਿਆਂ ਨੂੰ ਪੇਪਰ ਮਿਲਣ, ਆਪਣੇ ਘਰ ਜਾਣ ਮਿਲਣ, ਬੜੇ ਡ੍ਰੀਮ ਹੁੰਦੇ ਆ ਕਿ ਜਿਹੜੇ ਕੱਚੇ ਬੰਦਿਆਂ ਵਾਲੇ ਹੁੰਦੇ ਨਾ, ਜਿਨ੍ਹਾਂ ਕੋਲ ਪੇਪਰ ਨਹੀਂ ਹੁੰਦੇ, ਠੀਕ ਆ, ਇਹ ਸਿਰਫ ਉਹ ਹੀ ਜਾਣਦੇ ਆ ਕਿ ਲੈ ਵੀ ਸਾਡੇ ਕੋਲ ਪੇਪਰ ਨਹੀਂ ਹੈਗੇ, ਦੂਜਾ ਬੰਦਾ ਉਹਨਾਂ ਦੀ ਫੀਲਿੰਗ ਵੀ ਨਹੀਂ ਲੈ ਸਕਦਾ। ਠੀਕ ਆ। ਇਸ ਕਰਕੇ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਜਿਹੜੀ ਇਹ ਇਮੀਗ੍ਰੇਸ਼ਨ ਹੈ ਇਹ ਓਪਨ ਹੋ ਜਾਵੇ। ਠੀਕ ਹੈ ਜੀ। ਅਤੇ 100% ਮੈਂ ਤੁਹਾਨੂੰ ਤਾਂ ਨਹੀਂ ਕਹਿਣ ਦਿਆਂ, ਕਿਉਂਕਿ ਬਾਈ ਚਾਂਸ ਕੱਲ੍ਹ ਨੂੰ ਕੋਈ ਵੀ ਕਿਸੇ ਵੀ ਗੱਲ ਕਰਕੇ ਇਹ ਨਾ ਹੋਵੇ ਅਤੇ ਫਿਰ ਬਾਅਦ ਵਿੱਚ, ਠੀਕ ਆ, ਅਤੇ ਤੁਸੀਂ ਮੈਨੂੰ ਕਹੋ ਜਾਂ ਕਮੈਂਟ ਕਰੋ, ਚਲੋ ਕੋਈ ਗੱਲ ਨਹੀਂ, ਕਮੈਂਟ ਤਾਂ ਤੁਸੀਂ ਜੋ ਕਰਨੇ ਉਹ ਕਰਨੇ ਆ, ਠੀਕ ਆ, ਬਟ ਇਹ ਵਾ ਕਿ ਚਾਂਸ ਪੂਰੇ ਆ। ਠੀਕ ਆ। 100% ਹੀ ਮੈਂ ਤੁਹਾਨੂੰ ਕਹਿ ਸਕਦਾ ਕਿ ਹਾਂ ਵੀ, ਕਿਉਂਕਿ ਇਹਨਾਂ ਨੂੰ ਜਦੋਂ ਵੀ ਪੈਸੇ ਦੀ, ਜਦੋਂ ਇਹਨਾਂ ਨੂੰ ਪਤਾ ਲੱਗਣਾ ਕਿ ਸਾਨੂੰ ਇਸ ਇਮੀਗ੍ਰੇਸ਼ਨ ਤੋਂ ਇੰਨੇ ਪੈਸੇ ਆਉਣੇ ਆ, ਠੀਕ ਆ, ਅਤੇ ਇਹਨਾਂ ਨੇ ਢਲਣਾ ਨਹੀਂ ਗਾ, ਇਹਨਾਂ ਨੇ ਜਿਹੜੀ ਆ ਉਹਨੂੰ ਕਰ ਹੀ ਦੇਣਾ ਵਾ। ਉਸ ਤੋਂ ਬਾਅਦ ਕਾਨੂੰਨ ਜਿਹੜੇ ਆ ਇਹਦੇ ਵਿੱਚ ਕੀ ਹੈਗੇ ਆ ਉਹ ਵੀ ਤੁਹਾਨੂੰ ਮੈਂ ਥੋੜ੍ਹੇ ਜਿਹੇ ਦੱਸ ਦਿੰਦਾ ਵਾਂ ਕਿ ਤੁਹਾਡੇ ਕੋਲੋਂ ਕਈਆਂ ਜੋ ਪਹਿਲਾਂ ਹੁੰਦਾ ਸੀ ਕਿ ਹਾਂ ਵੀ ਪਾਸਪੋਰਟ ਹੋਣਾ ਜ਼ਰੂਰੀ ਆ, ਆਪਣੇ ਕੋਲੋਂ ਇੱਕ ਮਾਲਕ ਹੋਣਾ ਜ਼ਰੂਰੀ ਆ, ਜਿਹੜਾ ਪਾਸਪੋਰਟ ਆਪਣੇ ਕੋਲੋਂ ਵੈਲਿਡ ਹੋਣਾ ਜ਼ਰੂਰੀ ਆ, ਹੈ ਨਾ,
ਕਈ ਮਤਲਬ ਕਿ ਇੱਦਾਂ ਦੀਆਂ ਗੱਲਾਂ ਹੁੰਦੀਆਂ ਵਾ। ਬਟ ਜਦੋਂ ਵੀ ਇਹ ਇਮੀਗ੍ਰੇਸ਼ਨ ਖੁੱਲ੍ਹਦੀ ਹੈ ਨਾ, ਅਤੇ ਇਹਦੇ ਇਹਨੂੰ ਖੁੱਲ੍ਹਣ ਦੇ ਵਿੱਚ ਠੀਕ ਆ, ਜਿਹੜੇ ਆਪਣੀ ਜਿਹੜੇ ਇੰਡੀਅਨ ਅੰਬੈਸੀ ਹੋ ਗਈ ਜਾਂ ਕੋਈ ਹੋ ਗਿਆ ਹੈ ਨਾ, ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਹੁੰਦਾ ਵਾ ਕਿ ਹਾਂ ਵੀ ਜਿਹੜੀ ਇਹ ਇਮੀਗ੍ਰੇਸ਼ਨ ਖੁੱਲ੍ਹ ਰਹੀ ਆ, ਅਤੇ ਇਹਦੇ ਬਾਰੇ ਮਤਲਬ ਕਿ ਕਈ ਬੰਦੇ ਵਿਚਾਰੇ ਕੱਚੇ ਤੁਰੇ ਫਿਰਦੇ ਆ, ਉਹਨਾਂ ਕੋਲੋਂ ਪਾਸਪੋਰਟ ਨਹੀਂ ਹੈਗੇ, ਕਈਆਂ ਨੇ ਆਪਣੇ ਪਾਸਪੋਰਟ ਦਿੱਤੇ ਹੋਏ ਆ, ਉਹਨਾਂ ਨੂੰ ਦੂਜਾ ਐਕਸਪਾਇਰ ਹੋ ਚੁੱਕੇ ਆ, ਕਈਆਂ ਦੇ ਵਿਚਾਰਿਆਂ ਦੇ ਐਕਸਪਾਇਰ ਹੋਏ ਪਏ ਆ, ਪਰ ਉਹਨੂੰ ਡਾਕੂਮੈਂਟ ਨਾ ਹੋਣ ਕਰਕੇ ਉਹ ਆਪਣੇ ਜਿਹੜੇ ਆ ਉਹਨੂੰ ਰੀਨਿਊ ਨਹੀਂ ਕਰਾ ਸਕਦੇ ਹੈ ਨਾ। ਅਤੇ ਮੇਰੇ ਹਿਸਾਬ ਦੇ ਨਾਲ ਕਿ ਜੇਕਰ ਇਹ ਇਮੀਗ੍ਰੇਸ਼ਨ ਓਪਨ ਹੋਊਗੀ, ਤਾਂ ਫਿਰ ਮੇਰੇ ਹਿਸਾਬ ਨਾਲ ਜਿਹੜੀ ਆਪਣੀ ਇੰਡੀਅਨ ਅੰਬੈਸੀ ਜਿੱਥੋਂ ਆਪਾਂ ਪਾਸਪੋਰਟ ਰੀਨਿਊ ਕਰਾਉਣੇ ਜਾਂ ਕਿਸੇ ਨੇ ਨਵੇਂ ਬਣਾਉਣੇ ਆ, ਹੋ ਸਕਦਾ ਵਾ ਕਿ ਉਹ ਵੀ ਐਸੇ ਇਹਦੇ ਵਿੱਚ ਸਾਥ ਦੇਣ ਕਿ ਜਿਨ੍ਹਾਂ ਕੋਲੋਂ ਪਾਸਪੋਰਟ ਨਹੀਂ ਹੈਗੇ ਕਿ ਉਹਨਾਂ ਨੂੰ ਪਾਸਪੋਰਟ ਦਿੱਤੇ ਜਾਣ, ਜਾਂ ਤਾਂ ਜੋ ਉਹ ਆਪਣਾ ਪੱਕੇ ਤੌਰ 'ਤੇ ਇੱਥੇ ਰਹਿ ਸਕਣ ਅਤੇ ਆਪਣੇ ਪੇਪਰ ਅਪਲਾਈ ਕਰ ਸਕਣ। ਠੀਕ ਆ, ਬਾਕੀ ਇਹਦੇ ਬਾਰੇ ਕੋਈ ਕਾਨੂੰਨ ਵੀਰ ਜੀ ਹਾਲੇ ਕੋਈ ਨਹੀਂ ਆਇਆ ਕਿ ਇਹਦੇ ਵਾਸਤੇ ਕੀ ਕੰਡੀਸ਼ਨਾਂ ਚਾਹੀਦੀਆਂ, ਕਿ ਹਾਂ ਵੀ ਬੰਦੇ ਦੀ ਐਂਟਰੀ ਕਿੰਨੀ ਪੁਰਾਣੀ ਚਾਹੀਦੀ ਹੈ, ਜਾਂ ਨਵੇਂ ਬੰਦਾ ਯੂਰਪ ਦੀ ਕਿਸੇ ਹੋਰ ਕੰਟਰੀ ਵਿੱਚੋਂ ਆਣ ਕੇ ਉਹ ਇਹਨੂੰ ਅਪਲਾਈ ਕਰ ਸਕਦਾ, ਇਹਦੇ ਬਾਰੇ ਹਾਲੇ ਕੋਈ ਕਾਨੂੰਨ ਨਹੀਂ ਆਇਆ, ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਹੀਂ ਆਇਆ। ਠੀਕ ਹੈ ਜੀ, ਜਦੋਂ ਵੀ ਕੋਈ ਆਇਆ ਇਹਦੇ ਬਾਰੇ, ਤਾਂ ਇਹਦੇ ਬਾਰੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਠੀਕ ਹੈ, ਹਾਲੇ ਸਿੰਪਲ ਆਪਾਂ ਸਿਰਫ ਤੁਹਾਨੂੰ ਇਹ ਦੱਸਿਆ ਵਾ ਕਿ ਇਹ ਜਿਹੜੀ ਗੱਲਬਾਤ ਹੋਣੀ ਸ਼ੁਰੂ ਹੋ ਗਈ ਆ। ਠੀਕ ਆ, ਅਤੇ ਕੋਈ ਵੀ ਇਹਦੇ ਵਿੱਚ ਕਾਨੂੰਨ ਆਊਗਾ ਜਾਂ ਕੋਈ ਸਾਨੂੰ ਪਤਾ ਲੱਗੂਗਾ, ਠੀਕ ਆ ਜੀ, ਹੋਰ ਵੀ ਆਪਣੇ ਯੂਟਿਊਬਰ ਹੈਗੇ ਆ, ਉਹਨਾਂ ਨੇ ਵੀ ਚਲੋ ਤੁਹਾਨੂੰ ਦੱਸ ਹੀ ਦੇਣਾ ਵਾ, ਹੈ ਨਾ, ਅਤੇ ਆਪਣਾ ਜੋ ਵੀ ਪਤਾ ਲੱਗੂ ਆਪਾਂ ਤੁਹਾਨੂੰ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਇਸ ਇਮੀਗ੍ਰੇਸ਼ਨ ਬਾਰੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਕਿਸੇ ਵੀ ਵੀਰ ਦਾ, ਹੈ ਨਾ, ਉਹ ਮੇਰਾ ਵੀਰ ਕਮੈਂਟ ਦੇ ਵਿੱਚ ਆਪਾਂ ਨੂੰ ਕਰ ਸਕਦਾ ਵਾ, ਤਾਂ ਜੋ ਆਪਾਂ ਉਹਨਾਂ ਦੇ ਕਮੈਂਟ ਵੇਖ ਕੇ ਅਤੇ ਉਹਨਾਂ ਨੂੰ ਨੈਕਸਟ ਵੀਡੀਓ ਹੋਰ ਬਣਾ ਕੇ ਕੋਈ ਨਾ ਕੋਈ ਦੱਸੀਏ ਕਿ ਹਾਂ ਵੀ ਇਹ ਕਿਹੜਾ ਬੰਦਾ ਅਪਲਾਈ ਕਰ ਸਕਦਾ ਅਤੇ ਕਿਹੜਾ ਨਹੀਂ। ਠੀਕ ਹੈ, ਲਓ ਵੀਰ ਜੀ, ਆਪਣੀ ਜਿਹੜੀ ਅੱਜ ਲਈ ਵੀਡੀਓ ਇੰਨੀ ਹੀ। ਠੀਕ ਆ, ਪਰਮਾਤਮਾ ਕਰੇ ਕਿ ਜਿੰਨੇ ਵੀ ਵੀਰ ਆਪਣੇ ਇੱਥੇ ਇਟਲੀ ਦੇ ਵਿੱਚ ਬੈਠੇ ਜਾਂ ਯੂਰਪ ਦੇ ਕਿਸੇ ਵੀ ਕੰਟਰੀ ਵਿੱਚ ਬੈਠੇ ਆ, ਅਤੇ ਆਪਣਾ ਪੇਪਰ ਲੈਣ, ਆਪਣੇ ਪੱਕੇ ਹੋਣ, ਠੀਕ ਆ, ਅਤੇ ਆਪਣੇ ਆਪਣੇ ਘਰਾਂ ਨੂੰ, ਆਪਣੇ ਵਤਨਾਂ ਨੂੰ ਜਾਣ ਵਾਪਸ, ਅਤੇ ਹੋ ਕੇ ਫਿਰ ਆਪਣਾ ਕੰਮ ਕਾਜ ਕਰਨ, ਆਪਣਾ ਆਣ ਕੇ ਜੋ ਵੀ ਜੇ ਕਰਦਾ ਵਾ। ਠੀਕ ਹੈ ਜੀ, ਆਪਣੀ ਤਾਂ ਪਰਮਾਤਮਾ ਅੱਗੇ ਇਹੋ ਅਰਦਾਸ ਹੈ ਜੀ, ਅਤੇ ਤੁਸੀਂ ਵੀ ਸਾਰੇ ਇਹੋ ਹੀ ਅਰਦਾਸ ਕਰਿਓ ਕਿ ਹਾਂਜੀ ਜੀ, ਇਹ 100% ਹੀ 101% ਹੀ ਓਪਨ ਹੋ ਜੇ, ਅਤੇ ਹੋ ਵੀ ਇਸ ਤਰੀਕੇ ਨਾਲ ਜਾਵੇ ਕਿ ਜਿਨ੍ਹਾਂ ਕੋਲੋਂ ਪਾਸਪੋਰਟ ਨਹੀਂ ਹੈਗੇ ਜਾਂ ਜਿਨ੍ਹਾਂ ਕੋਲੋਂ ਹੈਗੇ ਆ, ਕਿ ਸਾਰਿਆਂ ਨੂੰ ਪੱਕਾ ਹੀ ਕਰ ਦੇਣ, ਕਹਿਣ ਦਾ ਮਤਲਬ ਇੱਕ ਵਾਰੀ, ਬਾਅਦ ਵਿੱਚ ਦੂਜੀ ਵਾਰ ਫਿਰ ਵੇਖੇ ਦੁਖੀ ਜਾਓ। ਠੀਕ ਹੈ ਜੀ, ਲਓ ਵੀਰ ਜੀ, ਆਪਣੀ ਵੀਡੀਓ ਅੱਜ ਵਾਲੀ ਇੰਨੀ ਹੈਗੀ ਸੀ। ਠੀਕ ਆ, ਅਤੇ ਜੇ ਕੋਈ ਹੋਰ ਆਪਾਂ ਨੂੰ ਖਬਰ ਮਿਲੀ ਤਾਂ ਆਪਾਂ ਤੁਹਾਨੂੰ ਦੱਸਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਫਿਰ। ਠੀਕ ਆ ਜੀ, ਕਮੈਂਟ ਵਿੱਚ ਲਿਖਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਜੋ ਵੱਧ ਤੋਂ ਵੱਧ ਲੋਕ ਇਹਨੂੰ ਵੇਖ ਸਕਣ, ਅਤੇ ਵੱਧ ਤੋਂ ਵੱਧ ਲੋਕ ਇਹਦੇ ਬਾਰੇ ਦੱਸ ਸਕਣ, ਅਤੇ ਵੱਧ ਤੋਂ ਵੱਧ ਲੋਕ ਇਹਦੇ ਬਾਰੇ ਪੁੱਛ ਸਕਣ। ਲਓ ਜੀ, ਓਕੇ ਬਾਏ, ਫਿਰ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਤੁਹਾਡੇ ਕਮੈਂਟਾਂ ਦੇ ਨੈਕਸਟ ਵੀਡੀਓ ਦੇ ਵਿੱਚ, ਅਤੇ ਓਕੇ ਅਤੇ ਬਾਏ ਅਤੇ ਸਤਿ ਸ਼੍ਰੀ ਅਕਾਲ ਅਤੇ ਟੇਕ ਕੇਅਰ।